देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। कैप्टन साहब किहो जे झूठे वादे तुसीं कीते जिहड़े तुहाडे कोल जिन्हां दा अज्ज जवाब ही कोई मंगदा है पंजाब कैप्टन कोल ਸਭ ਹੋ ਗਈ ਗੱਲ ਨਾ ਸਿੱਧੂ ਦੀ ਆਪਣਾ ਰਹੀ ਹੈ ਕ੍ਰੈਡੀਬਿਲਿਟੀ ਅਤੇ ਨਾ ਹੀ ਕੈਪਟਨ ਸਾਹਿਬ ਜਲਦੀ ਟਿਕਟਾਂ ਦਾ ਤੁਸੀਂ ਮੰਨ ਰਹੇ ਹੋ ਜਾਂ ਜ਼ਰੂਰਤ ਸੀਗੀ ਕਿ ਹੁਣ ਹੀ ਕਰ ਦਿੱਤਾ ਜਾਏ ਅਤੇ ਅੱਗੇ ਤਿਆਰੀ ਇਹ ਤਾਂ ਬਰਾਤ ਹੀ ਨਹੀਂ ਆਈ ਦੁੱਲਾ ਨਹੀਂ ਪੈਟਾ ਚੁਣਾਵ ਦੀ ਘੋਸ਼ਣਾ ਨਹੀਂ ਹੋਈ ਚਲੋ ਦੋ ਚਾਰ ਮਹੀਨੇ ਪਹਿਲੇ ਤਾਂ ਸਮਝ ਆਉਂਦਾ ਇਹ ਤਾਂ ਆਪਣੇ ਕੈਡਰ ਨੂੰ ਬਚਾਇਆ ਜਾ ਰਿਹਾ ਕਿ ਉਹ ਪਾਰਟੀਆਂ ਨਾਲ ਛੱਡ ਜਾਣ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦੇ 4 ਸਾਲ ਪੂਰੇ ਹੋ ਗਏ ਨੇ ਲਾਸਟ ਸਾਲ ਰਿਹਾ ਇਲੈਕਸ਼ਨ ਦਾ ਈਅਰ ਹੈ ਅਤੇ ਕੀ ਵਾਅਦੇ ਵਫਾ ਹੋਏ ਕਿਆ ਨਹੀਂ ਹੋਏ ਉਹ ਤਾਂ ਸਾਰਿਆਂ ਦੇ ਸਾਹਮਣੇ ਮੇਰੇ ਨਾਲ ਇਸ ਵਕਤ ਤਰੁਣ ਚੁੱਗਰ ਨੇ ਗੱਲਬਾਤ ਕਰਾਂਗੇ ਸਾਰੇ ਮਾਮਲੇ ਦੇ ਚੁੱਗ ਸਾਹਿਬ 4 ਸਾਲ ਹੋ ਗਏ ਕੈਪਟਨ ਸਾਹਿਬ ਕਹਿੰਦੇ ਕਿ ਅਸੀਂ ਤਾਂ ਕਾਫੀ ਚੀਜ਼ਾਂ ਕਰਤੀਆਂ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਐਸਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਟੋਟਲ ਫੇਲ ਸਰਕਾਰ ਹੈ ਮੈਂ ਕੈਪਟਨ ਸਾਹਿਬ ਨੂੰ ਇੱਕੋ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਵਾਅਦਾ ਕੀਤਾ ਸੀ 4 ਹਫ਼ਤਿਆਂ 'ਚ ਨਸ਼ਾ ਖਤਮ ਹੋਏਗਾ ਅੱਜ 52 ਹਫ਼ਤੇ ਬੀਤ ਗਏ 1500 ਦਿਨ ਬੀਤ ਗਏ ਕੈਪਟਨ ਸਾਹਿਬ ਕਿਹੋ ਜਿਹੇ ਝੂਠੇ ਵਾਅਦੇ ਤੁਸੀਂ ਕੀਤੇ ਜਿਹੜੇ ਤੁਹਾਡੇ ਕੋਲ ਜਿਨ੍ਹਾਂ ਦਾ ਅੱਜ ਜਵਾਬ ਹੀ ਕੋਈ ਨਹੀਂ ਕਹਿੰਦੇ ਜ਼ਮੀਨ ਦੀ ਰੱਖਿਆ ਕਰਾਂਗਾ ਪੰਜਾਬ ਦੀ ਉਹ ਕੁੜਕੀ ਵਾਲੀ ਜਿਹੜੀ ਗੱਲ ਕਹੀ ਸੀ ਅੱਜ ਤੱਕ ਕਿਉਂ ਨਹੀਂ ਪੂਰੀ ਹੋਈ ਹਰ ਘਰ ਨੌਕਰੀ ਕਿਉਂ ਨਹੀਂ ਪੂਰੀ ਹੋਈ ਹਰ ਜੇਬ 'ਚ ਮੋਬਾਈਲ ਕਿਉਂ ਨਹੀਂ ਪੂਰਾ ਹੋਇਆ ਇਹ ਜਿਹੜਾ ਤੁਸੀਂ ਨਵਾਂ ਨਰੋਇਆ ਪੰਜਾਬ ਦੀ ਗੱਲ ਕਰ ਰਹੇ ਹੋ ਅੱਜ ਮੈਂ ਸੀਨੀਅਰ ਨੇ 80 ਸਾਲ ਦੇ ਸਾਡੇ ਲੀਡਰ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਕੁਛ ਸੀਨੀਅਰ ਆਦਮੀ ਨੇ ਲੇਕਿਨ ਪੰਜਾਬ ਉੱਭ ਚੁੱਕਾ ਮੰਗਦਾ ਹੈ ਪੰਜਾਬ ਕੈਪਟਨ ਕੋਲੋਂ ਹਿਸਾਬ ਵਾਅਦਾ ਖਿਲਾਫੀ ਦਾ ਹਿਸਾਬ ਮਾਫੀਆ ਦੇ ਹੱਥ ਪੰਜਾਬ ਪਹੁੰਚਾਉਣ ਦਾ ਹਿੱਸਾ ਪੰਜਾਬ ਦੇ ਬੇਰੁਜ਼ਗਾਰੀ ਨੂੰ ਹਾਸ਼ੀਏ 'ਤੇ ਪਹੁੰਚਾਉਣ ਦਾ ਹਿੱਸਾ ਮੰਗਦਾ ਹੈ ਪੰਜਾਬ ਨਸ਼ੇੜੀਆਂ ਹੱਥ ਪੰਜਾਬ ਸਰਕਾਰ ਦੇਣ ਦਾ ਹਿੱਸਾ ਮੰਗਦਾ ਹੈ ਪੰਜਾਬ ਗੈਂਗਸਟਰਾਂ ਦੀ ਝੋਲੀ 'ਚ ਬਹਿ ਕੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਚਲਾਉਣ ਦਾ ਹਿੱਸਾ ਐਸੀ 'ਚ ਪੰਜਾਬ ਦੀ ਜਨਤਾ ਇੰਤਜ਼ਾਰ ਕਰ ਰਹੀ ਹੈ ਜਵਾਬ ਮੰਗ ਰਹੀ ਜਿਸ ਤਰ੍ਹਾਂ ਗੱਲ ਕਰੀਏ ਹੁਣ ਲਾਸਟ ਈਅਰ ਹੈ ਇਲੈਕਸ਼ਨ ਈਅਰ ਹੈ ਇਲੈਕਸ਼ਨ ਈਅਰ 'ਚ ਲੱਗਦਾ ਕਿ ਕਿਉਂਕਿ ਜਾਂਦੇ ਜਾਂਦੇ ਕਈ ਚੀਜ਼ਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਜਨਤਾ ਨੂੰ ਉਮੀਦ ਹੈ ਮਨ ਬਣਾ ਚੁੱਕੀ ਹੈ ਕੈਪਟਨ ਸਾਹਿਬ ਦੀ ਵਾਅਦਾ ਖਿਲਾਫੀ ਦੀ ਸਰਕਾਰ ਨੂੰ ਫੇਅਰਵੈਲ ਪਾਰਟੀ ਦੇਣ ਦਾ ਹੁਣ ਕਿਉਂਕਿ ਪੰਜਾਬ ਦੀ ਜਨਤਾ ਬਜ਼ੁਰਗਾਂ ਦੀ ਇੱਜ਼ਤ ਕਰਦੀ 80 ਸਾਲ ਦੇ ਸਾਡੇ ਬਜ਼ੁਰਗ ਲੀਡਰ ਨੇ ਉਹਨਾਂ ਦੀ ਇੱਜ਼ਤ ਤਾਂ ਕਰਨੀ ਪਏਗੀ ਉਹ ਇੱਜ਼ਤ ਦੇ ਕਾਰਨ ਲੋਕ ਚੁੱਪ ਨੇ ਸੋਰੀ ਪ੍ਰਸ਼ਾਂਤ ਕਿਸ਼ੋਰ ਆ ਗਏ ਨੇ ਦੁਬਾਰਾ ਉੱਥੇ ਸੋ ਲੋਕ ਵੇਟ ਕਰ ਰਹੇ ਸੀ ਕਿ ਪ੍ਰਸ਼ਾਂਤ ਕਿਸ਼ੋਰ ਆਉਣ ਤਾਂ ਕਿ ਲੋਕ ਪੁੱਛ ਸਕਣ ਜਿਹੜਾ ਮੈਨੀਫੈਸਟੋ ਮਨਪ੍ਰੀਤ ਬਾਦਲ ਔਰ ਤੁਸੀਂ ਅਤੇ ਕੈਪਟਨ ਸਾਹਿਬ ਨੇ ਮਿਲ ਕੇ ਝੂਠ ਦਾ ਪਲਿੰਦਾ ਬਣਾਇਆ ਸੀ ਇਹ ਕਦੋਂ ਪੂਰਾ ਹੋਣਾ ਇਹ 50 ਸਾਲ ਦੇ ਵਾਅਦੇ ਸੀ ਕਿ 5 ਸਾਲ ਦੇ ਵਾਅਦੇ ਸੀ 4 ਹਫ਼ਤਿਆਂ ਦੀ ਗੱਲ ਸੀ ਕਿ 4 ਸਾਲ ਬੀਤ ਗਏ ਤਾਂ ਵੀ ਕੁਛ ਨਹੀਂ ਹੋਇਆ ਨਸ਼ਾ ਕੀ ਸਥਿਤੀ ਹੈ ਤੁਹਾਨੂੰ ਪਤਾ ਸ਼ਰਾਬ ਨਕਲੀ ਕਿਸ ਤਰ੍ਹਾਂ ਵਿਕਰੀ ਤੁਹਾਨੂੰ ਪਤਾ 100 ਤੋਂ ਜ਼ਿਆਦਾ ਲੋਕ ਮਰ ਜਾਂਦੇ ਨੇ ਦਲਿਤ ਭਾਈਚਾਰੇ ਦੇ ਜੂਨ ਹੀ ਰਹਿੰਦੀ ਅਸੀਂ ਦਿਆਂਗੇ ਜਵਾਬ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਸਿੱਧੂ ਸਾਹਿਬ ਨੂੰ ਮਨਾਉਣ 'ਚ ਲੱਗੇ ਹੋਏ ਨੇ ਸਾਰੇ ਕੱਲ੍ਹ ਲੰਚ ਦੇ ਵਿੱਚ ਬੁਲਾਇਆ ਕੈਪਟਨ ਸਾਹਿਬ ਅਤੇ ਸਿੱਧੂ ਅਤੇ ਮੰਨਿਆ ਜਾ ਰਿਹਾ ਕਿ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਐਲਾਨ ਵੀ ਹੋ ਸਕਦਾ ਸਿੱਧੂ ਨੂੰ ਲੈ ਕੇ ਕੁਛ ਕਿ ਹੁਣ ਕੁਛ ਐਲਾਨ ਕਰ ਲੈਣ 9-8 ਮਹੀਨੇ ਰਹਿ ਗਏ 5-6 ਮਹੀਨੇ ਬਾਅਦ ਕਿਸੇ ਅਫਸਰ ਨੇ ਨਹੀਂ ਇਹਨਾਂ ਦੀ ਮੰਨੀ ਨਾਲ ਖਤਮ ਹੋ ਗਈ ਗੱਲ ਨਾ ਸਿੱਧੂ ਦੀ ਆਪਣਾ ਰਹੀ ਹੈ ਕ੍ਰੈਡੀਬਿਲਿਟੀ ਅਤੇ ਨਾ ਹੀ ਕੈਪਟਨ ਸਾਹਿਬ ਦੀ ਕ੍ਰੈਡੀਬਿਲਿਟੀ ਦੇ ਆਰ ਗੋਨ ਕੇਸ ਦੂਜਾ ਤੁਹਾਡੇ ਪੁਰਾਣੇ ਭਾਈਵਾਲ ਅਕਾਲੀ ਦਲ ਐਲਾਨ ਕਰਤਾ ਟਿਕਟਾਂ ਦਾ ਹਾਲਾਂਕਿ ਕੱਲ੍ਹ ਐਲਾਨ ਕਰਕੇ ਉਸ ਤੋਂ ਬਾਅਦ ਹੀ ਫਿਰ ਚੇਂਜ ਵੀ ਕਰਤਾ ਵਲਟੋਹਾ ਨੂੰ ਦੇਤਾ ਉਸ ਤੋਂ ਬਾਅਦ ਕਹਿੰਦੇ ਕਹਿ ਰਹੇ ਹੋ ਪਤਨੀ ਨੂੰ ਮਿਲੇਗਾ ਉਹ ਸਭ ਚੀਜ਼ਾਂ ਚੱਲ ਰਹੀਆਂ ਨੇ ਪਰ ਐਲਾਨ ਕਰ ਰਹੇ ਨੇ ਕਿ ਇਹਨਾਂ ਦੇ ਘਰ ਦਾ ਮਸਲਾ ਉਹ ਬੇਸਿਕਲੀ ਬਾਦਲ ਐਂਡ ਸੰਨਜ਼ ਹੈ ਪ੍ਰਾਈਵੇਟ ਲਿਮਿਟਿਡ ਕੰਪਨੀ ਔਰ ਚੋਂ ਉਹ ਕਿਹੜਾ ਸ਼ੇਅਰ ਜ਼ਿਆਦਾ ਹੁੰਦਾ ਹੈ ਜੀਜਾ ਜੀ ਦਾ ਸਾਲਾ ਸਾਹਿਬ ਦਾ ਕਿ ਯਾਰਾਂ ਦਾ ਸੁਖਬੀਰ ਚਲਾਏਗਾ ਵਿਕਰਮ ਜੀ ਚਲਾਉਣਗੇ ਕਿ ਸੁਖਬੀਰ ਸਾਹਿਬ ਚਲਾਉਣਗੇ ਕਿ ਕੈਰੋ ਸਾਹਿਬ ਚਲਾਉਣਗੇ ਆਈਡੀਓਲੋਜੀਕਲੀ ਕਾਂਗਰਸ ਦਾ ਹੀ ਹਾਲ ਅੱਜ ਉਹੀ ਹਾਲ ਅਕਾਲੀ ਦਲ ਦਾ ਹੋ ਚੁੱਕਾ ਜ਼ਿਆਦਾ ਜਲਦੀ ਟਿਕਟਾਂ ਦਾ ਤੁਸੀਂ ਮੰਨ ਰਹੇ ਹੋ ਜਾਂ ਜ਼ਰੂਰਤ ਸੀਗੀ ਕਿ ਹੁਣ ਹੀ ਕਰ ਦਿੱਤਾ ਜਾਏ ਤਾਂ ਅੱਗੇ ਤਿਆਰੀ ਭਾਅ ਜੀ ਤਾਂ ਬਰਾਤ ਹੀ ਨਹੀਂ ਆਈ ਦੁੱਲਾ ਨਹੀਂ ਬੈਠਾ ਚੁਣਾਵ ਦੀ ਘੋਸ਼ਣਾ ਨਹੀਂ ਹੋਈ ਚਲੋ 2-4 ਮਹੀਨੇ ਪਹਿਲੇ ਤਾਂ ਸਮਝ ਆਉਂਦਾ ਇਹ ਤਾਂ ਆਪਣੇ ਕੈਡਰ ਨੂੰ ਬਚਾਇਆ ਜਾ ਰਿਹਾ ਕਿ ਉਹ ਪਾਰਟੀਆਂ ਨਾਲ ਛੱਡ ਜਾਣ ਤਾਂ ਕਿ
उन्होंने लग रहा कि कोई उन्हों का डर कि बंदे ना भज जा लोग अकाली दल नू छड़ ना जान कल ना रह जान इस पिछे सारी गल हो रही बीजेपी कदों तैयारी शुरू करेगी क्योंकि हले लीडरशिप कैडर बेस्ड ऑर्गेनाइजेशन है सानू तैयारी नहीं करते साडे दा कैडर तैयारी करता साढ़े इत्थे कोई लीडर नहीं हुंदा वर्कर हुंदा मैं भी वर्कर हाँ और देश के प्रधानमंत्री नरेंद्र भाई भी वर्कर ने देश के एच एम भी वर्कर ने अमित शाह जी और देश के पार्टी के राष्ट्रीय अध्यक्ष वो भी वर्कर ने और थले बूथ पर बैठा कार्यकर्ता वर्कर है बूथ पर जो बैठा वो पिछे तो किसानों ने धरने लाए हुए घर ऐसा है कि किसान को समझ आ रहा हूँ अज किसान यूनियन के लोग खड़े होकर कह रहे जी कांग्रेस सपोर्टिड है नक्सली सपोर्टिड है यही यूनियन कह रही है और देखो पाँच सात दस दिन लोगों को समझ आ गया सवाल एक धरना तो सिंधु बॉर्डर पर लगा हुआ एक धरना कांग्रेसी एम पी ने लाया हुआ जंतर मंत्र वो भी आज 100 दिन पूरे हो गए हैं उस धरने बारे मैं कुछ कहना नहीं चाहता अपनी इज्जत को बचाना से अपने पैरों थले निकल रही जमीन को बचाना से अपने अस्तित्व को बचाना से अपने फेस को बचाने वास्ते वो लोग उत्थे धरने पर बैठे सो कॉल्ड धरना एक गल मैं पूछना चाहना जे सचमुच यह धरना कामयाब है और किसान इन्हों के नाल ने तो जो बिट्टू साहब और बाकी एम पी गए सन किसानों के कोल उतों किस तरह कढ के लिया किन्नी पब्लिक सपोर्ट हैगी असल जी पंजाब के अंदर बहुत वड्डा झूठ परोसया जा चुका है कैप्टन अमरिंदर सिंह वालों नक्सलियों वालों और जी फसल असी बोई है ये पंजाब नूं नुकसान पहुँचाएगी तरुण चुग 4 साल इस तरह बीते सरकार दे उहदे ते कह रहे ने इहना कहना कि कुछ नहीं होया ते जिहड़ा आखिरी साल रहा है हुण उहदे विच भी उम्मीद नहीं कि कुछ होएगा दिल्ली तो कह रहा हूँ लक्ष्मण नितिन दीवान दैनिक सवेरा टीवी All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374946 पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल मुसलमानी रूहानी ते काले इलम दे बादशाह मेरे कीते नूं मेरे तो इलावा कोई कट नहीं सकदा मोड़ी वशीकरण करवाओ मनचाहा प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो तुहानूं मिलेगा जां नहीं सच्चाई जानो लॉटरी नंबर पाओ 649 होवे जां लोटोमैक्स तुहाडी हर गल 100% गुप्त रखी जावेगी प्यार विच धोखा खाए प्रेमी प्रेमिका एक बार जरूर मिलो मैं तुहाडा प्यार टुटण नहीं देवांगा मोबाइल 98 788 0 45 85 588 38 617